और ये नान दोस्तों तुसी बहुत खाते होने पर अज तुहानू स्पैशल नान खवाउणा है। वो नान है तुसी देख रहे हो बदामा वाला। तो भाजी काजू बदम तो बहुत महंगे ने ते ए रेट रूट एरा की गल नहीं जी, महंगे हो ही जान जेड़ी भी चीज़ महंगी है कोई गल नहीं, असी गाहक नू क्वालिटी देनी है, गाहक ने आपे आ जाना है। ओके, एक बार असी गाहक नू टेस्ट दवांगे गाहक तां ही आऊगा। अपने कोल पांच छे तरह के नान होंदे आ जी, आलू नान होंदे आ, मिक्स नान होंदे आ, गोभी वाले होंदे, पनीर वाले होंदे आ, स्पैशल होंदे आ। कहते पिज्जा नान पकन टाइम लगता भाई, कहते क्योंकि बहुत तगड़ा भारा जहा सीगा ये, एदा साइज भी आम साइज नाना नालों बड़ा सी भाई। बंदा एक ही नान खा सकता जी, वो भी मुश्किल नाल। वाह लो जी पिज्जा नान, ए एक बंदा एक ही नान खा सकता, वो भी कोई कोई खा सकता जी। भाजी जे कोई शर्त लाने वाला जाए फिर आ जाए, कैपैसिटी अपनी अपनी होंगी जी, कई खाने वाले खा जाते हैं, कई शर्त लाने वाले खा जाते, बटर नाल किया जाऊगा जी। पूरा पंजाब खाने करके बहुत मशहूर आ, इत्थे वक्खो वक्खरे तरह के भोजन जिहड़े ने वो बनाए जाते हैं, तो उन्हां ही भोजन की पटारी के विचों अज नान, नान ते छोले। और ये नान दोस्तों तुसी बहुत खाधे होने पर अज तुहानू स्पैशल नान खवाउणा है। वो नान है तुसी देख रहे हो बदामा वाला, होर बदाम दे नाल मैनूं लगदा काजू कुजू होर पता नहीं की कुछ आ, मैं सारा कुछ नहीं बोलना। भाजी खड़े ने साडे नाल, भाजी की हाल चाल है? वधिया जी। ਭਾਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਭਾਜੀ ਅੱਜ ਵੀਰਾਂ ਨੂੰ ਸਤਿ ਸ੍ਰੀ ਅਕਾਲ। ਠੀਕ ਹੈ ਭਾਜੀ, ਕਿਹੜੇ ਕਿਹੜੇ ਨਾਂ ਨੇ ਤੁਹਾਡੇ ਕੋਲੇ ਔਰ ਕੀ ਸਪੈਸ਼ਲਿਟੀ ਹੈ ਤੁਹਾਡੀ ਦੁਕਾਨ ਦੀ? ਸਾਡੇ ਕੋਲ ਨਾਂ ਹੁੰਦੇ ਨੇ ਆਲੂ ਵਾਲੇ, ਮਿਕਸ ਵਾਲੇ, ਗੋਭੀ ਵਾਲੇ, ਪਨੀਰ ਵਾਲੇ, ਕਾਜੂ ਸੋਗੀ ਵਾਲੇ, ਬਦਾਮ ਵਾਲੇ ਸਪੈਸ਼ਲ ਨਾਂ ਹੁੰਦੇ ਨੇ। ਠੀਕ ਹੈ, ਜੋ ਕਿ ਟੇਸਟਲੀ ਬਹੁਤ ਵਧੀਆ ਨੇ, ਇੱਕ ਵਾਰ ਗਾਹਕ ਸਾਡੇ ਕੋਲ ਆਉਂਦਾ ਟੇਸਟ ਕਰਕੇ ਜ਼ਰੂਰ ਜਾਂਦਾ ਹੈ। ਅਤੇ ਭਾਜੀ ਕਾਜੂ ਬਦਾਮ ਤਾਂ ਬਹੁਤ ਮਹਿੰਗੇ ਨੇ ਅਤੇ ਇਹ ਰੇਟ ਰੂਟ ਇਹਦਾ ਕੀ ਗੱਲ ਨਹੀਂ ਜੀ, ਮਹਿੰਗੇ ਹੋਈ ਜਾਣ ਜਿਹੜੀ ਵੀ ਚੀਜ਼ ਮਹਿੰਗੀ ਹੈ ਕੋਈ ਗੱਲ ਨਹੀਂ, ਅਸੀਂ ਗਾਹਕ ਨੂੰ ਕੁਆਲਿਟੀ ਦੇਣੀ ਹੈ, ਗਾਹਕ ਨੇ ਆਪੇ ਆ ਜਾਣਾ ਹੈ। ਓਕੇ, ਇੱਕ ਵਾਰ ਅਸੀਂ ਗਾਹਕ ਨੂੰ ਟੇਸਟ ਦੇਵਾਂਗੇ ਗਾਹਕ ਤਾਂ ਹੀ ਆਊਗਾ। ਅਤੇ ਟੇਸਟ ਵੀ ਅੱਜ ਆਪਾਂ ਵੀ ਕਰਨਾ ਔਰ ਸਰੋਤਿਆਂ ਨੂੰ ਵੀ ਕਰਵਾਉਣਾ ਹੈ। ਆਓ ਫਿਰ ਦਿਖਾਓ ਸਾਨੂੰ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਨਾਨ ਨੇ ਆਪਣੇ ਕੋਲੇ। ਆਪਣੇ ਕੋਲ ਆਲੂ ਨਾਨ, ਮਿਕਸ ਨਾਨ, ਗੋਭੀ ਨਾਨ, ਪਨੀਰ ਨਾਨ, ਸਪੈਸ਼ਲ ਨਾਨ ਸਾਰੇ ਹੁੰਦੇ ਨੇ ਜੀ। ਠੀਕ ਹੈ, ਆ ਜਿਹੜਾ ਇਹਦੇ ਵਿੱਚ ਪਿਆ ਕੀ ਕੀ ਆਈਟਮ ਹੈ ਭਾਜੀ? ਇਹਦੇ ਵਿੱਚ ਆਲੂ, ਗੋਭੀ, ਪਨੀਰ, ਪਿਆਜ, ਕਾਜੂ, ਸੋਗੀ, ਬਦਾਮ ਸਭ ਕੁਝ ਹੈਗਾ ਜੀ। ਠੀਕ ਹੈ, ਜਲਦੀ ਆ ਰਿਹਾ ਤੁਹਾਨੂੰ। ਤੇ ਉਸ ਤੋਂ ਬਾਅਦ ਇੰਦਰ ਆ ਜੀ, ਇਹਦੇ ਇਹ ਗਾਜਰ ਤੇ ਹਰੀ ਮਿਰਚ ਦਾ ਅਚਾਰ ਹੈ ਜੀ। ਇਹ ਇਹਦੀ ਕੀ ਸਪੈਸ਼ਲਿਟੀ ਹੈ ਭਾਜੀ? ਇਹਦੇ ਵਿੱਚ ਨਮਕ, ਮਿਰਚ, ਮਸਾਲੇ ਸਭ ਕੁਝ ਪਿਆ ਹੁੰਦਾ ਜੀ। ਇਹ ਰੋਜ਼ ਬਣਾਉਨੇ ਹੋ ਫਿਰ? ਹਾਂਜੀ ਜੀ, ਰੋਜ਼ ਬੰਦਾ ਜੀ। ਤੇ ਉਸ ਤੋਂ ਬਾਅਦ ਇਹਦੇ ਵਿੱਚ? ਇਹਦੇ ਵਿੱਚ ਪਿਆਜ, ਗਾਜਰਾਂ, ਧਨੀਆ। ਠੀਕ ਹੈ, ਗੋਭੀ ਹੈ, ਸਭ ਕੁਝ ਮਿਕਸ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ? ਗੋਭੀ ਦਾ ਮਟੀਰੀਅਲ ਹੈ ਵਿੱਚ, ਧਨੀਆ, ਗਾਜਰ, ਪਿਆਜ ਸਭ ਕੁਝ ਹੈ ਜੀ। ਤੇ ਉਸ ਤੋਂ ਬਾਅਦ? ਇਹਦੇ ਵਿੱਚ ਆਲੂ, ਗੋਭੀ, ਪਨੀਰ, ਪਿਆਜ ਸਭ ਕੁਝ ਪਿਆ ਹੋਇਆ। ਤੇ ਉਹ ਇੱਕ ਹੋਰ ਪਿਆ ਪੰਜਵਾਂ? ਆਲੂ, ਪਿਆਜ ਦਾ ਮਸਾਲਾ ਹੈ ਵਿੱਚ, ਧਨੀਆ ਸਭ ਕੁਝ। ਤੇ ਉਸ ਤੋਂ ਬਾਅਦ ਮੱਖਣ ਮਾਰ ਕੇ ਬਟਰ? ਹਾਂਜੀ। ਠੀਕ ਹੈ, ਇਹ ਚਟਨੀ ਜਿਹੜੀ ਹੈ ਸਾਡੀ ਪੁਦੀਨੇ ਵਾਲੀ ਹੈ। ਠੀਕ ਹੈ, ਧਨੀਆ, ਪੁਦੀਨਾ। ਤੇ ਉਸ ਤੋਂ ਬਾਅਦ ਭਾਜੀ? ਨਮਕ, ਸ਼ਾਹੀ ਪਨੀਰ ਦਾ ਮਸਾਲਾ ਹੈ ਜੀ, ਸ਼ਾਹੀ ਪਨੀਰ ਹੁੰਦਾ ਹੈ। ਠੀਕ ਹੈ, ਨਾਲ ਉਹਦੇ ਪਾਲਕ ਦਿੱਤੀ ਜਾਂਦੀ ਹੈ, ਨਾਲ ਚਨੇ ਦਿੱਤੇ ਜਾਂਦੇ ਹਨ। ਉਸ ਤੋਂ ਬਾਅਦ ਪਾਲਕ ਤੇ ਉਸ ਤੋਂ ਬਾਅਦ ਚਨੇ? ਚਨੇ, ਹਾਂਜੀ। ਤੇ ਆਪਣੀ ਪਲੇਟ ਦੇ ਵਿੱਚ ਕੀ ਕੀ ਹੁੰਦਾ ਤੇ ਆਪਣੇ ਕੋਲੇ ਕਿੰਨੀ ਤਰ੍ਹਾਂ ਦੇ ਨਾਨ ਨੇ ਭਾਜੀ? ਆਪਣੇ ਕੋਲ ਪੰਜ ਛੇ ਤਰ੍ਹਾਂ ਦੇ ਨਾਨ ਹੁੰਦੇ ਆ ਜੀ। ਆਲੂ ਨਾਨ ਹੁੰਦੇ ਆ, ਮਿਕਸ ਨਾਨ ਹੁੰਦੇ ਆ, ਗੋਭੀ ਵਾਲੇ ਹੁੰਦੇ, ਪਨੀਰ ਵਾਲੇ ਹੁੰਦੇ ਆ, ਸਪੈਸ਼ਲ ਹੁੰਦੇ ਆ, ਗੋਭੀ ਪਨੀਰ ਵਾਲੇ ਹੁੰਦੇ ਆ, ਓਨੀਅਨ ਵਾਲੇ ਹੁੰਦੇ ਆ, ਸਾਰੇ ਨਾਨ ਦਿੱਤੇ ਜਾਂਦੇ ਆ। ਤੇ ਅੱਜ ਫਿਰ ਸਾਨੂੰ ਕਿਹੜਾ ਨਾਨ ਖਵਾਓਗੇ ਹੁਣ ਸਾਡੇ ਦੋਸਤਾਂ ਨੂੰ? ਕਿਹੜਾ ਨਾਨ ਜਿਹੜੇ ਤੁਹਾਨੂੰ ਦੇਖ ਰਹੇ ਆ? ਅਸੀਂ ਸਪੈਸ਼ਲ ਨਾਨ ਤੁਹਾਨੂੰ ਖਵਾਵਾਂਗੇ ਜਿਹਦੇ ਵਿੱਚ ਡਰਾਈ ਫਰੂਟ, ਪਨੀਰ, ਪਿਆਜ, ਗੋਭੀ ਸਭ ਕੁਝ ਦਿੱਤਾ ਜਾਊਗਾ। ਚਲੋ ਫਿਰ ਭਾਜੀ ਸ਼ੁਰੂ ਕਰੀਏ ਫਿਰ। ਓਕੇ ਜੀ ਜੀ, ਲਓ ਜੀ। ਤੇ ਇਹ ਫਿਰ ਲੱਗਣ ਜਾ ਰਿਹਾ ਭਾਜੀ ਸਪੈਸ਼ਲ ਨਾਨ। ਹਾਂਜੀ ਜੀ, ਇਹ ਕਿਹੜਾ ਭਾਜੀ? ਇਹ ਸਪੈਸ਼ਲ ਵਾਲਾ ਨਾਨ ਹੈ ਜੀ। ਠੀਕ ਹੈ, ਹਾਂਜੀ, ਜਿਹਦੇ ਡਰਾਈ ਫਰੂਟ, ਗੋਭੀ, ਪਨੀਰ, ਪਿਆਜ ਸਭ ਕੁਝ ਪਿਆ ਹੋਇਆ ਜੀ। ਇਹਦੇ ਵਿੱਚ ਡਰਾਈ ਫਰੂਟ, ਗੋਭੀ, ਪਨੀਰ, ਪਿਆਜ ਸਭ ਕੁਝ ਪਿਆ ਹੁੰਦਾ। ਠੀਕ ਹੈ, ਆ ਦੇਖੋ ਜੀ ਮਸਾਲਾ ਭਰਿਆ ਜਾਂਦਾ। ਇਹ ਚੱਲਿਆ ਦੋਸਤੋ ਮਸਾਲਾ, ਕਾਜੂ, ਬਦਾਮ, ਦਾਖਾਂ ਅਤੇ ਹੋਰ ਪਤਾ ਨਹੀਂ ਕੀ ਕੀ। ਇਹਦਾ ਢਿੱਡ ਦੇ ਵਿੱਚ ਜਾਂ ਜੀਭ ਦੇ ਵਿੱਚ ਜਦੋਂ ਅਸੀਂ ਲਾਉਣਾ ਅਤੇ ਮਤਲਬ ਜਦੋਂ ਖਾਣਾ ਸ਼ੁਰੂ ਕਰਨਾ ਫਿਰ ਤੁਹਾਨੂੰ ਦੱਸਾਂਗੇ। ਭਾਜੀ ਕਿੰਨੇ ਕੁ ਸਾਲਾਂ ਤੋਂ ਆਪਾਂ ਇਹ ਕੰਮ ਸ਼ੁਰੂ ਕੀਤਾ ਹੋਇਆ? ਕਿੰਨੇ ਸਾਲ ਪੁਰਾਣੀ ਦੁਕਾਨ ਹੈ? 10 ਸਾਲ ਹੋ ਗਏ ਆ ਜੀ ਦੁਕਾਨ ਨੂੰ। 10 ਸਾਲ ਹੋ ਗਏ ਜੀ? ਹਾਂਜੀ ਜੀ। ਅਤੇ 10 ਸਾਲਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਹੁਤ ਵਧੀਆ ਜੀ, ਗਾਹਕ ਜਿਹੜਾ ਵੀ ਟੇਸਟ ਕਰਕੇ ਜਾਂਦਾ ਦੁਬਾਰਾ ਜ਼ਰੂਰ ਆਉਂਦਾ ਜੀ। ਅਤੇ ਠੀਕ ਹੈ, ਹਾਂਜੀ। ਅਤੇ ਉਸ ਤੋਂ ਬਾਅਦ ਕਿੱਥੋਂ ਕਿੱਥੋਂ ਖਾਣ ਆਏ ਨੇ? ਕਈ ਵਾਰ ਕੰਪਲੀਮੈਂਟ ਮਿਲਦੇ ਆ? ਬਹੁਤ ਲੋਕ ਦੂਰੋਂ ਆਉਂਦੇ ਆ ਜੀ। ਠੀਕ ਹੈ, ਬਹੁਤ ਵਧੀਆ ਸਾਨੂੰ ਮਿਲਦਾ, ਰਿਸਪੌਂਸ ਮਿਲਦਾ ਇਹਦਾ। ਹਾਂ,
ਤੇ ਭਾਜੀ ਅਕਸਰ ਅੰਮ੍ਰਿਤਸਰੀ ਨਾਮ ਦੇ ਨਾਮ ਤੇ ਬਹੁਤ ਮਸ਼ਹੂਰ ਹੁੰਦਾ ਇਹ ਅੰਮ੍ਰਿਤਸਰ ਦਾ ਨੁਕਤਾ ਜਾਂ ਸਪੈਸ਼ਲ ਲੁਧਿਆਣੇ ਦਾ ਤੋਂ ਵੀ ਵਧੀਆ ਨੁਕਤਾ ਅੱਜ ਭਾਜੀ ਆਪ ਵੈਸੇ ਤਾਂ ਭਾਜੀ ਕੋਲੇ ਭਾਜੀ ਵਰਕਰ ਕਿੰਨੇ ਕਿੰਨੇ ਆਪਣੇ ਕੋਲੇ ਵਰਕਰ ਆਪਣੇ ਕੋਲ 4-5 ਹੈਗੇ ਆ ਜੀ ਜਿਹੜੇ ਕਿ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਆ ਹਾਂਜੀ ਤੇ ਅੱਜ ਇਹ ਸਪੈਸ਼ਲ ਤੁਸੀਂ ਸਾਨੂੰ ਲਾ ਕੇ ਆਪਣੇ ਹੱਥਾਂ ਨਾਲ ਖਵਾਓਗੇ ਫਿਰ ਅੱਜ ਭਾਜੀ ਆਪ ਤੰਦੂਰ ਤੇ ਖੜੇ ਨੇ ਔਰ ਸਾਨੂੰ ਇਹਨਾਂ ਨੇ ਬਹੁਤ ਵਧੀਆ ਨਾਨ ਆਪਦੇ ਹੱਥਾਂ ਨਾਲ ਲਾ ਕੇ ਅੱਜ ਖਵਾਉਣਾ ਤੇ ਉਮੀਦ ਕਰਦੇ ਆ ਵੀ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਜਿਹੜੇ ਫੂਡ ਨੂੰ ਪਿਆਰ ਕਰਨ ਵਾਲੇ ਆ ਭਾਜੀ ਉਹਨਾਂ ਨੂੰ ਕੀ ਕਹੋਗੇ ਆਪਾਂ ਉਹਨਾਂ ਨੂੰ ਇਹੀ ਕਹਾਂਗੇ ਕਿ ਸਾਡੀ ਦੁਕਾਨ ਤੇ ਆ ਕੇ ਟੇਸਟ ਕਰਨ ਸੇਠੀ ਜੀ ਨਾਨ ਵਾਲੇ ਸੁਬਾਨੇ ਬਿਲਡਿੰਗ ਚੌਂਕ ਕਿਆ ਬਾਤ ਨੰਬਰ ਹੈ 9888430237 ਸੇਠੀ ਨਾਨ ਵਾਲੇ ਸਾਰੇ ਵੀਰਾਂ ਨੂੰ ਮੋਸਟ ਵੈਲਕਮ ਜੀ ਜਦੋਂ ਮਰਜ਼ੀ ਆਓ ਤੇ ਬਦਾਮ ਵਾਲਾ ਨਾਨ ਖਾਓ ਤੇ ਸਿਹਤ ਬਣਾਓ ਠੀਕ ਹੈ ਇਹ ਪਲੇਟ 'ਚ ਲੱਗਣ ਜਾ ਰਿਹਾ ਮੇਲਾ ਦਾ ਬਾਈ ਨੇ ਐਂ ਕੜਕ ਕੜਕ ਕੱਢ ਦੇਣਾ ਪਲੇਟ ਤਿਆਰ ਹੋਣ ਜਾ ਰਹੀ ਹੈ ਇੱਦਾਂ ਲਾਉਂਦੇ ਹੋ ਭਾਜੀ ਪਲੇਟ ਹੈ ਫਿਰ ਇਹ ਪੈਣ ਜਾ ਰਿਹਾ ਛੋਲੇ ਆ ਭਾਜੀ ਛੋਲੇ ਜੀ ਇਹ ਛੋਲੇ ਅਤੇ ਉਸ ਤੋਂ ਬਾਅਦ ਸ਼ਾਹੀ ਪਨੀਰ ਦੋਸਤੋ ਇਹ ਆ ਗਿਆ ਪਲੇਟ ਦੇ ਵਿੱਚ ਸ਼ਾਹੀ ਪਨੀਰ ਉਸ ਤੋਂ ਬਾਅਦ ਪਾਲਕ ਜੀ ਇਹ ਆ ਗਈ ਪਾਲਕ ਅਤੇ ਸਲਾਦ ਪਹਿਲਾਂ ਪੈ ਚੁੱਕਿਆ ਹੈ ਇਹ ਚਮਚਾ ਅਤੇ ਉਹ ਮੱਖਣ ਨਾਲ ਲੱਗ ਚੁੱਕਿਆ ਹੈ ਕੜਛੀ ਭਰ ਕੇ ਭਾਈ ਨੇ ਮੱਖਣ ਉੱਤੇ ਪਾਤਾ ਅਤੇ ਉਹ ਚੱਲਿਆ ਨਾਨ ਕਿਆ ਬਾਤ ਹੈ ਇਹ ਅੱਜ ਇੱਕ ਹੋਰ ਸਪੈਸ਼ਲ ਨਾਨ ਬਾਈ ਜੀ ਨੇ ਸਾਡੇ ਆਉਣ 'ਤੇ ਬਣਾਉਣ ਲੱਗੇ ਨੇ ਬਾਈ ਸਾਹਿਬ ਕਿਆ ਹਾਲ ਹੈ ਕਿਆ ਨਾਮ ਹੈ ਲਕਸ਼ਮਣ ਜੀ ਇਹ ਕੌਣ ਸਾ ਨਾਨ ਬਣਾਉਣੇ ਜਾ ਰਹੇ ਆਪ ਇਸਕਾ ਨਾਮ ਪੀਜ਼ਾ ਨਾਨ ਹੈਂਜੀ ਪੀਜ਼ਾ ਨਾਨ ਹੈ ਜੀ ਇਹ ਪੀਜ਼ਾ ਨਾਨ ਦੋਸਤੋ ਬਦਾਮਾਂ ਵਾਲਾ ਨਾਨ ਤਾਂ ਸੁਣਿਆ ਸੀ ਹੁਣ ਪੀਜ਼ਾ ਨਾਨ ਜਿਹੜਾ ਵਾ ਲੱਗਣ ਜਾ ਰਿਹਾ ਤੁਸੀਂ ਦੇਖੋ ਸਪੈਸ਼ਲ ਪੀਜ਼ਾ ਨਾਨ ਅਤੇ ਲਕਸ਼ਮਣ ਬਾਈ ਵੱਲੋਂ ਉਹ ਬਣਾਇਆ ਜਾ ਰਿਹਾ ਹੈ ਪੀਜ਼ਾ ਨਾਨ ਕਿੰਨੇ ਸਾਲ ਸੇ ਲਕਸ਼ਮਣ ਜੀ ਬਣਾ ਰਹੇ ਹੋ ਨਾਨ 15-16 ਸਾਲ ਹੋ ਗਏ ਜੀ 15-16 ਸਾਲ ਦਾ ਐਕਸਪੀਰੀਅੰਸ ਹੈ ਕੈਸਾ ਰਹਾ 15 ਸਾਲ ਕੈਸੇ ਨਿਕਲੇ ਬੜੀਆ ਨਿਕਲੇ ਕਹਾਂ ਸੇ ਸੀਖਾ ਆਪਣੇ ਦਿੱਲੀ ਵਾਲੇ ਹੋ ਆਪ ਕਿਆ ਬਾਤ ਹੈ ਦੋਸਤੋ ਪੀਜ਼ਾ ਨਾ ਖਲਾਰੇ ਪਾਤੇ ਬਾਈ ਨੇ ਅਤੇ ਐਨ ਪੀਜ਼ੇ ਵਾਂਗੂ ਲਾ ਛੱਡਿਆ ਬਾਈ ਸਾਹਿਬ ਕਿਆ ਕਿਆ ਡਾਲਾ ਇਸਮੇ ਇਸਮੇ ਗਾਜਰ ਪਿਆਜ ਹੈ ਜੀ ਧਨੀਆ ਅਜਵਾਇਨ ਹੈ ਗੋਭੀ ਹੈ ਸੌਗੀ ਹੈ ਬਦਾਮ ਵੀ ਹੈ ਫਿਰ ਕਿਆ ਬਾਤ ਹੈ ਦੋਸਤੋ ਪੀਜ਼ਾ ਨਾਨ ਇਹ ਆਹ ਚੱਕੋ ਲੱਗ ਗਿਆ ਪੀਜ਼ਾ ਨਾਨ ਇਹ ਤਾਂ ਬਹੁਤ ਬੜਾ ਹੈ ਭਈਆ ਅੱਜ ਵੱਡਾ ਨਾਨ ਬਾਈ ਨੇ ਪੀਜ਼ਾ ਨਾਨ ਖਵਾਉਣਾ ਦੋਸਤੋ ਤੁਹਾਨੂੰ ਤੁਹਾਡੇ ਕਰਕੇ ਸਪੈਸ਼ਲ ਬਾਈ ਨੇ ਪੀਜ਼ਾ ਨਾਨ ਬਣਾਇਆ ਅੱਜ ਤੁਸੀਂ ਵੀ ਦੇਖੋ ਲਓ ਨਜ਼ਾਰੇ ਪੀਜ਼ੇ ਨਾਨ ਦੇ ਅਤੇ ਅਸੀਂ ਵੀ ਲੈਣ ਲੱਗੇ ਹਾਂ ਪੀਜ਼ਾ ਨਾਨ ਹੋ ਚੁੱਕੇ ਆ ਕਹਿੰਦੇ ਪੀਜ਼ਾ ਨਾਨ ਪੱਕਣ ਨੂੰ ਟਾਈਮ ਲੱਗਦਾ ਬਾਈ ਕਹਿੰਦੇ ਕਿਉਂਕਿ ਬਹੁਤ ਤਗੜਾ ਭਾਰਾ ਜਿਹਾ ਸੀਗਾ ਇਹ ਇਹਦਾ ਸਾਈਜ਼ ਵੀ ਆਮ ਸਾਈਜ਼ ਨਾਨਾਂ ਨਾਲੋਂ ਵੱਡਾ ਸੀ ਬਾਈ ਬੰਦਾ ਇੱਕ ਹੀ ਨਾਨ ਖਾ ਸਕਦਾ ਜੀ ਉਹ ਵੀ ਮੁਸ਼ਕਿਲ ਨਾਲ ਵਾਹ ਲਓ ਜੀ ਪੀਜ਼ਾ ਨਾਨ ਇਹ ਇੱਕ ਬੰਦਾ ਇੱਕ ਹੀ ਨਾਨ ਖਾ ਸਕਦਾ ਉਹ ਵੀ ਕੋਈ ਕੋਈ ਖਾ ਸਕਦਾ ਜੀ ਭਾਜੀ ਜੇ ਕੋਈ ਸ਼ਰਤ ਲਾਉਣ ਵਾਲਾ ਜਾਵੇ ਫਿਰ ਆ ਜਾਵੇ ਕਪੈਸਿਟੀ ਆਪਣੀ ਆਪਣੀ ਹੁੰਦੀ ਹੈ ਜੀ ਕਈ ਖਾਣ ਵਾਲੇ ਖਾ ਜਾਂਦੇ ਆ ਜੀ ਕਈ ਸ਼ਰਤਾਂ ਲਾਉਣ ਵਾਲੇ ਖਾ ਜਾਂਦੇ ਬਟਰ ਨਾਲ ਉਹ ਕੀਤਾ ਜਾਊਗਾ ਜੀ ਪੂਰਾ ਬਟਰ ਨਾਲ ਨਮਾ ਦਿੰਦੇ ਹੋ ਭਾਜੀ ਇਹਦੇ ਵਿੱਚ ਆਲੂ ਗੋਭੀ ਪਨੀਰ ਪਿਆਜ਼ ਓਨੀਅਨ ਸਭ ਕੁਛ ਹੈ ਜੀ ਠੀਕ ਹੈ ਸਭ ਕੁਛ ਚੰਗੀ ਤਰ੍ਹਾਂ ਇਹਦੇ ਵਿੱਚ ਭਰਿਆ ਹੋਇਆ ਹੈ ਕਿਆ ਬਾਤ ਹੈ ਇਹਦੇ ਨਾਲ ਚਨੇ ਸੈਲਡ ਬਟਰ ਪਾਲਕ ਸਭ ਦਿੱਤਾ ਜਾਂਦਾ ਜੀ ਠੀਕ ਹੈ ਪਨੀਰ ਬਦਾਮਾਂ ਵਾਲਾ ਨਾਨ ਖਾਓ ਸਿਹਤ ਬਣਾਓ ਔਰ ਇਹ ਹੈ ਪੀਜ਼ਾ ਨਾਨ ਹਾਂਜੀ ਪੀਜ਼ਾ ਨਾਨ ਪੀਜ਼ਾ ਵਿਦ ਬਦਾਮ ਬਦਾਮ ਐਂਡ ਗਾਜਰ ਗੋਭੀ ਗੋਭੀ ਪਿਆਜ਼ ਪਨੀਰ ਹਰੀਆਂ ਮਿਰਚਾਂ ਕਿਆ ਬਾਤ ਹੈ ਭਾਜੀ ਲਓ ਜੀ ਇਹ ਨਾਨ ਤਾਂ ਖਾਊਗਾ ਅਤੇ ਜਿਹੜਾ ਡੇਲੀ ਖਾਊਗਾ ਉਹ ਆਪਣੀ ਸਿਹਤ ਬਣਾਊਗਾ ਲਓ ਜੀ ਇੱਕ ਪਲੇਟ ਜਿੱਡਾ ਨਾਨ ਹੈ ਦੋਸਤੋ ਇਹ ਅਤੇ ਜਿਹੜਾ ਇੱਕ ਖਾਊਗਾ ਸਿਹਤ ਬਣਾਊਗਾ ਭਾਜੀ ਜਾਂਦੇ ਜਾਂਦੇ ਕੀ ਕਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਨਾਨ ਦਾ ਟੇਸਟ ਕਰਨ ਵੀ ਜ਼ਰੂਰ ਆਓ ਸਾਡੇ ਕੋਲ ਇਹਦੇ ਵਿੱਚ ਡਰਾਈ ਫਰੂਟ ਚੰਗੀ ਤਰ੍ਹਾਂ ਭਰਿਆ ਹੋਇਆ ਹੈ ਸਿਹਤ ਬਣਾਓ ਇੱਕ ਵਾਰ ਟੇਸਟ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਇਹ ਨਾਨ ਕਿਹੋ ਜਿਹਾ ਹੈ ਸਪੈਸ਼ਲ ਨਾਨ ਕਿਹੋ ਜਿਹਾ ਹੁੰਦਾ ਪੀਜ਼ਾ ਨਾਨ ਠੀਕ ਹੈ ਮੋਸਟ ਵੈਲਕਮ ਜੀ ਚੌਂਕ ਸੁਬਾਨੇ ਬਿਲਡਿੰਗ ਮੋਬਾਈਲ ਨੰਬਰ 9888430237 ਭਰਾਵਾਂ ਦਾ ਸਾਰਿਆਂ ਦਾ ਆਸ਼ੀਰਵਾਦ ਭੈਣਾਂ ਦਾ ਆਸ਼ੀਰਵਾਦ ਸਾਰੇ ਵੀਰਾਂ ਦਾ ਆਸ਼ੀਰਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਥੈਂਕ ਯੂ ਭਾਜੀ ਓਕੇ ਜੀ